ਸਤਿ ਸ਼੍ਰੀ ਅਕਾਲ ਜੀ। ਇੱਕ ਵਾਰ ਫਿਰ ਤੁਹਾਡਾ ਆਪਣਾ ਪਸੰਦੀਦਾ ਪ੍ਰੋਗਰਾਮ ਦੇਸ਼ ਪ੍ਰਦੇਸ਼ ਲੈ ਕੇ ਮੈਂ ਰਣਵੀਰ ਸੰਧੂ ਤੁਹਾਡੀ ਖਿਦਮਤ ਦੇ ਵਿੱਚ ਹਾਜ਼ਰ ਹਾਂ। ਕੈਨੇਡਾ ਨੂੰ ਲੈ ਕੇ ਜਿੱਥੇ ਹਰ ਬੱਚੇ ਨੂੰ ਉਹਨਾਂ ਦੀ ਰਿਕੁਆਇਰਮੈਂਟਸ ਪਤਾ ਹੈ, ਪਰ ਫਿਰ ਵੀ ਕੁਛ ਟੈਕਨੀਕਲ ਪੇਚੀਦਾ ਚੀਜ਼ਾਂ ਅੱਜ ਵੀ ਬੱਚੇ ਨੂੰ ਕਨਫਿਊਜ਼ ਕਰ ਰਹੀਆਂ ਨੇ। ਖਾਸ ਤੌਰ 'ਤੇ ਸਪੌਸ ਕੇਸ ਜਦੋਂ ਅਪਲਾਈ ਕਰਨ ਦੀ ਗੱਲ ਹੁੰਦੀ ਹੈ ਜਾਂ ਪੰਜਾਬ ਦੇ ਵਿੱਚ ਇਸ਼ਤਿਹਾਰ ਐਡਵਰਟੀਜ਼ਮੈਂਟ ਛਪਦੀ ਹੈ ਤਾਂ ਓਪਨ ਵਰਕ ਪਰਮਿਟ ਲਿਖਿਆ ਜਾਂਦਾ ਹੈ। ਅੱਜ ਵੀ ਓਪਨ ਵਰਕ ਪਰਮਿਟ ਨੂੰ LMIA ਦੇ ਨਾਲ ਜੋੜਿਆ ਜਾ ਰਿਹਾ, ਜਦੋਂ ਕਿ ਸਪੌਸ ਦਾ ਓਪਨ ਵਰਕ ਪਰਮਿਟ ਇੱਕ ਅਲੱਗ ਚੀਜ਼ ਹੈ। ਇੱਕ ਤਾਂ ਇਹਦੇ ਬਾਰੇ ਅਸੀਂ ਜਿਹੜੀ ਹੈਗੀ ਜਾਣਕਾਰੀ ਦੇਵਾਂਗੇ। LMIA ਤੋਂ ਇਲਾਵਾ ਜਿਹੜਾ ਸਪੌਸ ਦਾ ਓਪਨ ਵਰਕ ਪਰਮਿਟ ਹੈ ਉਹ ਕੀ ਚੀਜ਼ ਹੈ, ਇਹਨਾਂ ਦੇ ਵਿੱਚ ਕੀ ਕੀ ਫਰਕ ਨੇ, ਕੀ ਸ਼ਰਤਾਂ ਹੁੰਦੀਆਂ, ਕਿਵੇਂ ਕਿਵੇਂ ਇਹ ਲਿਆ ਜਾ ਸਕਦਾ। ਇਸ ਤੋਂ ਇਲਾਵਾ ਸਟੂਡੈਂਟਸ ਲਈ ਸੈਪਟੈਂਬਰ ਇਨਟੇਕ ਅਤੇ ਜਨਵਰੀ 2020, ਜੀ ਹਾਂ ਮੈਂ 2020 ਦੀ ਗੱਲ ਕਰ ਰਿਹਾ, ਸੀਟਾਂ ਓਪਨ ਹੋ ਗਈਆਂ ਨੇ, ਸ਼ੁਰੂ ਹੋ ਗਈਆਂ ਨੇ। ਸੋ ਵਿਦਿਆਰਥੀ ਜਿਹੜੇ ਨੇ ਅੱਜ ਵੀ ਇੰਨੇ ਕੁ ਅਵੇਸਲੇ ਨੇ ਕਿ ਬੈਠੇ ਨੇ, ਹਲੇ ਸੈਪਟੈਂਬਰ ਤੱਕ ਅਸੀਂ ਅਪਲਾਈ ਨਹੀਂ ਕਰ ਪਾ ਰਹੇ, ਉਹਦੇ ਬਾਰੇ ਵੀ ਅਸੀਂ ਚਰਚਾ ਕਰਨ ਦੀ ਕੋਸ਼ਿਸ਼ ਕਰਾਂਗੇ। ਇਸ ਤੋਂ ਇਲਾਵਾ ICCRC ਮੈਂਬਰ ਦੀ ਆਪਣੀ ਇੱਕ ਵੱਖਰੀ ਇੰਪੋਰਟੈਂਸ ਹੈ, ਉਹਦੇ ਕੀ ਬੈਨੀਫਿਟਸ ਹੁੰਦੇ ਨੇ, ਇਹਦੇ ਬਾਰੇ ਵੀ ਚਰਚਾ ਕਰਾਂਗੇ। ਸ਼ਿਵਾਨੀ ਚੋਪੜਾ ਜੀ ਮੇਰੇ ਨਾਲ ਮੈਕਰੋ ਗਲੋਬਲ ਤੋਂ ਇਸ ਵਕਤ ਇਸ ਮੰਚ 'ਤੇ ਮੌਜੂਦ ਨੇ। ਬਹੁਤ ਬਹੁਤ ਸਵਾਗਤ ਤੁਹਾਡਾ ਜੀ। ਥੈਂਕ ਯੂ। ਪਹਿਲਾਂ ਮੈਂ ਵਰਕ ਪਰਮਿਟ ਅਤੇ ਓਪਨ ਵਰਕ ਪਰਮਿਟ ਦੀ ਆਪਾਂ ਗੱਲ ਕਰ ਲਈਏ। ਪੰਜਾਬ ਦੇ ਵਿੱਚ ਚਾਹੇ ਉਹ ਇੱਕ ਐਪਲੀਕੈਂਟ ਹੈ, ਚਾਹੇ ਉਹਨਾਂ ਦੇ ਫਾਦਰ ਨੇ, ਚਾਹੇ ਪ੍ਰਸ਼ਾਸਨ ਵੀ ਹੈ ਸਾਡਾ ਜਿਹੜਾ ਇਸ ਚੀਜ਼ ਨੂੰ ਹੈਂਡਲ ਕਰਦਾ, ਇਹਨੂੰ ਇੱਕ ਰਲਗੜ ਕੀਤਾ ਜਾ ਰਿਹਾ ਕਿ ਜੇ ਕੋਈ ਕੰਪਨੀ ਸਪੌਸ ਓਪਨ ਵਰਕ ਪਰਮਿਟ ਕਰਦੀ ਹੈ ਜਾਂ ਐਡਵਰਟੀਜ਼ਮੈਂਟ ਦਿੰਦੀ ਹੈ, ਇਹਨੂੰ ਹੈਂਡਲ ਕਰਦੀ ਹੈ, ਉਹਦਾ ਵੀਜ਼ਾ ਲਵਾਉਂਦੀ ਹੈ, ਤਾਂ ਵਰਕ ਪਰਮਿਟ ਦੇ ਵਿੱਚ ਉਹਨੂੰ ਕੈਟਾਗਰੀ 'ਚ ਰੱਖ ਕੇ ਦੇਖਿਆ ਜਾ ਰਿਹਾ। ਕਿਤੇ ਕਿਤੇ ਜੁਰਮ ਵੀ ਮੰਨਿਆ ਜਾ ਰਿਹਾ ਕਿ ਜਿਹਨਾਂ ਕੋਲ ਲਾਇਸੈਂਸ ਨਹੀਂ ਓਪਨ ਵਰਕ ਪਰਮਿਟ ਕਰ ਰਹੇ ਨੇ। ਸੋ ਕੀ ਡਿਫਰੈਂਸ ਕਰੋਗੇ ਇਹਦੇ ਵਿੱਚ? ਦੇਖੀਏ ਰਣਵੀਰ ਜੀ, ਪਹਿਲੇ ਤੋਂ ਮੈਂ ਇਹ ਮੈਸੇਜ ਜ਼ਰੂਰ ਦੇਣਾ ਚਾਹਤੀ ਹੂੰ ਕਿ ਜੋ ਵੀ ਓਪਨ ਵਰਕ ਪਰਮਿਟ ਵਾਲਾ ਜੋ ਇੱਕ ਕੈਟੇਗਰੀ ਹੈ, ਕਾਫੀ ਟਾਈਮ ਸੇ ਜੋ ਹੈ ਵੋ ਪੰਜਾਬ ਮੇਂ ਬਹੁਤ ਹੀ ਇੱਕ ਹਾਈ ਲੈਵਲ ਪੇ ਪ੍ਰਮੋਟ ਹੋ ਰਹਾ ਹੈ। ਔਰ ਮੈਂ ਇਹ ਕਹਿ ਸਕਤੀ ਹੂੰ ਕਿ 80% 90% ਲੋਗੋਂ ਕੋ ਇਸ ਕੈਟੇਗਰੀ ਕਾ ਜੋ ਪ੍ਰੋਪਰ ਜੋ ਇੰਟਰੋਡਕਸ਼ਨ ਹੈ ਜਾਂ ਇਸਕਾ ਜੋ ਪ੍ਰੋਪਰ ਮੀਨਿੰਗ ਹੈ ਵੋ ਨਹੀਂ ਪਤਾ। ਔਰ ਦੂਸਰੀ ਬਾਤ ਇਹ ਹੈ ਕਿ ਕਿਉਂਕਿ ਇਹ ਜੋ ਓਪਨ ਵਰਕ ਪਰਮਿਟ ਵਾਲੀ ਜੋ ਕੈਟੇਗਰੀ ਹੈ ਵੋ ਮੈਰਿਡ ਕੇਸਿਸ ਕੇ ਸਾਥ ਕਨੈਕਟਡ ਹੈ, ਸਪਾਊਸ ਕੇਸਿਸ ਕੇ ਸਾਥ ਕਨੈਕਟਡ ਹੈ, ਤੋ ਇਸਕੋ ਸਪਾਊਜ਼ਲ ਕੇਸ ਵੀ ਕਹਿ ਦਿਆ ਜਾਤਾ ਹੈ, ਔਰ ਇਸਕਾ ਇੱਕ ਗਲਤ ਮਤਲਬ ਜੋ ਹੈ ਵੋ ਨਿਕਾਲਾ ਜਾਤਾ ਹੈ। ਸੋ ਮੈਂ ਇਹ ਜ਼ਰੂਰ ਕਹਿਣਾ ਚਾਹਤੀ ਹੂੰ ਕਿ ਜੋ ਲੋਕ ਵੀ ਓਪਨ ਵਰਕ ਪਰਮਿਟ ਐਪਲੀਕੇਸ਼ਨ ਕੇ ਲੀ ਆਪਣਾ ਹਮੇ ਅਪਰੋਚ ਕਰਨਾ ਚਾਹਤੇ ਹੈ ਜਾਂ ਇੰਟਰਸਟਡ ਹੈ, ਉਨ ਲੋਕੋਂ ਕੋ ਆਪਣੀ ਐਪਲੀਕੇਸ਼ਨ ਪ੍ਰੋਸੈਸ ਕਰਨੇ ਸੇ ਪਹਿਲੇ ਇਸ ਕੈਟੇਗਰੀ ਕਾ ਰੀਅਲ ਮੀਨਿੰਗ ਜੋ ਹੈ ਵੋ ਪਤਾ ਹੋਣਾ ਬਹੁਤ ਜ਼ਰੂਰੀ ਹੈ। ਜਬ ਵੀ ਹਮ ਓਪਨ ਵਰਕ ਪਰਮਿਟ ਕੀ ਇਨਫੋਰਮੇਸ਼ਨ ਇਸ ਸ਼ੋਅ ਕੇ ਥਰੂ ਦੇਤੇ ਹੈ ਜਾਂ ਜਿਸ ਤਰੀਕੇ ਸੇ ਵੀ ਪ੍ਰਮੋਟ ਕਰਤੇ ਹੈ, ਸੋ ਮੈਂ ਸਿੰਪਲੀ ਇਹ ਬਤਾਨਾ ਚਾਹਤੀ ਹੂੰ ਕਿ ਬਹੁਤ ਸਾਰੇ ਲੋਕ ਜੋ ਹੈ ਵੋ ਓਪਨ ਵਰਲਡ ਕੋ ਨਾ ਸੁਣ ਕੇ ਖਾਲੀ ਵਰਕ ਪਰਮਿਟ ਕੇ ਲੀ ਹਮ ਲੋਕੋਂ ਕੋ ਅਪਰੋਚ ਕਰਤੇ ਹੈ। ਸੋ ਓਪਨ ਵਰਕ ਪਰਮਿਟ ਔਰ ਵਰਕ ਪਰਮਿਟ ਦੋਨੋਂ ਹੀ ਇੱਕ ਡਿਫਰੈਂਟ ਕੈਟੇਗਰੀਜ਼ ਹੈ। ਵਰਕ ਪਰਮਿਟ ਇੱਕ ਐਸੀ ਕੈਟੇਗਰੀ ਹੈ ਜਿਸਮੇ ਆਪ ਜੋਬ ਕੇ ਲੀ ਕੈਨੇਡਾ ਜਾਤੇ ਹੈ, ਜਿਸਮੇ ਆਪਕੇ ਪਾਸ ਇੱਕ ਇੰਪਲੋਇਰ ਹੈ, ਆਪਕੋ ਇੱਕ ਪ੍ਰੋਪਰ ਆਫਰ ਲੈਟਰ, ਇੱਕ ਅਪੁਆਇੰਟਮੈਂਟ ਲੈਟਰ ਇਸ਼ੂ ਕੀਆ ਗਿਆ ਹੈ। ਇਸਕੇ ਇਲਾਵਾ ਆਪਕੋ ਹਿਊਮਨ ਰਿਸੋਰਸ ਗਵਰਨਮੈਂਟ ਆਫ ਕੈਨੇਡਾ ਕੀ ਤਰਫ ਸੇ ਇੱਕ ਅਪਰੂਵਲ ਵੀ, ਜਿਸਕੋ LMIA ਅਪਰੂਵਲ ਕਹਿਤੇ ਹੈ, ਵੋ ਵੀ ਇਸ਼ੂ ਕੀ ਗਈ ਹੈ। ਸੋ ਵਰਕ ਪਰਮਿਟ ਜੋ ਹੈ ਵੋ ਪਰਟੀਕੁਲਰਲੀ ਇੱਕ ਡਿਟੇਲ ਮੇਂ ਆਪਕੋ ਇੱਕ ਪਰਮਿਸ਼ਨ ਹੈ ਕਿ ਆਪ ਕੈਨੇਡਾ ਜਾ ਕੇ ਜੋਬ ਜੁਆਇਨ ਕਰੇ, ਔਰ ਜੋ ਆਪਕੀ ਜੋਬ ਹੈ ਵੋ ਪ੍ਰੀ ਪਲੈਨਡ ਹੈ, ਪਹਿਲੇ ਹੀ ਫਿਕਸ ਹੈ, ਆਪਕੇ ਪਾਸ ਡਾਕੂਮੈਂਟਸ ਮੇਂ ਉਸਕੀ ਅਪਰੂਵਲ ਹੈ, ਔਰ ਉਨ ਡਾਕੂਮੈਂਟਸ ਕੇ ਬੇਸਿਸ ਪੇ ਹੀ ਆਪ ਅੰਬੈਸੀ ਮੇਂ ਵੀਜ਼ਾ ਕੇ ਲੀਏ ਅਪਲਾਈ ਕਰਤੇ ਹੋ। ਆਪਕੋ ਅੰਬੈਸੀ ਅਪਰੂਵਲ ਦੇਤੀ ਹੈ ਮੇ ਬੀ ਫੋਰ 1 ਈਅਰ ਔਰ ਮੇ ਬੀ 2 ਈਅਰਸ, ਤੋ ਉਸ ਹਿਸਾਬ ਸੇ ਆਪ ਉਸ ਟਾਈਮ ਫਰੇਮ ਕੇ ਲੀਏ ਕੈਨੇਡਾ ਜੋਬ ਕਰਨੇ ਕੇ ਲੀਏ ਜਾਤੇ ਹੋ, ਉਸ ਕੈਟੇਗਰੀ ਕੋ ਵਰਕ ਪਰਮਿਟ ਕਹਾ ਜਾਤਾ ਹੈ। ਮੈਂ ਫਿਰ ਸੇ ਰਿਪੀਟ ਕਰੂੰਗੀ, ਇਸਮੇ ਇੱਕ ਪ੍ਰੋਪਰ ਜੋਬ ਆਫਰ ਲੈਟਰ ਹੈ, ਇੱਕ LMIA ਡਾਕੂਮੈਂਟ ਹੈ ਜੋ ਗਵਰਨਮੈਂਟ ਆਫ ਕੈਨੇਡਾ ਕੀ ਤਰਫ ਸੇ ਇਸ਼ੂ ਹੋਤਾ ਹੈ। ਵੇਅਰ ਐਸ ਓਪਨ ਵਰਕ ਪਰਮਿਟ ਇਜ਼ ਇੰਟਾਇਰਲੀ ਅ ਡਿਫਰੈਂਟ ਕੈਟੇਗਰੀ। ਓਪਨ ਵਰਕ ਪਰਮਿਟ ਇੱਕ ਐਸੀ ਕੈਟੇਗਰੀ ਹੈ ਜਿਸਮੇ ਮੈਰਿਡ ਕਪਲਸ ਕੋ ਅਕੋਮੋਡੇਟ ਕੀਆ ਜਾਤਾ ਹੈ। ਬਹੁਤ ਸਾਰੇ ਐਸੇ ਕੈਂਡੀਡੇਟਸ ਹੈ ਹਮ ਦੇਖਤੇ ਹੈ ਕਿ ਜੋ ਮੈਰਿਡ ਹੈ ਕੈਨੇਡਾ ਸਟੂਡੈਂਟ ਵੀਜ਼ਾ ਕੇ ਲੀਏ ਅਪਲਾਈ ਕਰਤੇ ਹੈ, ਅਲਟੀਮੇਟਲੀ ਮੇ ਬੀ ਹਸਬੈਂਡ ਔਰ ਵਾਈਫ ਜੋ ਹੈ ਵੋ ਕੈਨੇਡਾ ਸਟੱਡੀ ਕਰਨੇ ਕੇ ਲੀਏ ਚਲੇ ਜਾਤੇ ਹੈ, ਲੇਕਿਨ ਕਿਉਂਕਿ ਮੈਰਿਜ ਇੱਕ ਇੰਸਟੀਟਿਊਸ਼ਨ ਹੈ, ਉਸਮੇ ਹਸਬੈਂਡ ਵਾਈਫ ਫੈਮਿਲੀ ਕੋ ਇਕੱਠੇ ਰਹਿਣਾ ਹੈ। ਸੋ ਜੋ ਵੀ ਡਿਪੈਂਡੈਂਟ ਸਪਾਊਸ ਇੰਡੀਆ ਮੇ ਰਹਿ ਜਾਤਾ ਹੈ ਵੋ ਅਲਟੀਮੇਟਲੀ ਅਕੇਲੇ ਸਰਵਾਈਵ ਨਹੀਂ ਕਰ ਸਕਦਾ, ਔਰ ਉਨਕੋ ਆਪਣੀ ਵਾਈਫ ਕੇ ਸਾਥ ਜਾਂ ਹਸਬੈਂਡ ਕੇ ਸਾਥ ਕੈਨੇਡਾ ਜਾ ਕੇ ਯੂਨਾਈਟ ਕਰਨਾ ਹੈ। ਸੋ ਉਸ ਚੀਜ਼ ਕੇ ਲੀਏ ਜੋ ਹੈ ਵੋ ਕੈਨੇਡੀਅਨ ਇਮੀਗ੍ਰੇਸ਼ਨ ਗਵਰਨਮੈਂਟ ਨੇ ਇੱਕ ਕੈਟੇਗਰੀ ਇੰਟਰੋਡਿਊਸ ਕੀਤੀ ਹੈ। ਬੇਸਿਕਲੀ ਤਾਂ ਵਿਜ਼ਿਟਰ ਤੇ ਜਾ ਰਿਹਾ ਹੈ, ਬਟ ਉਹਨੂੰ ਇੱਕ ਪਰਮਿਸ਼ਨ ਹੈ ਕਿ ਉਹ ਜਾ ਕੇ ਕੰਮ ਕਰ ਸਕਦਾ। ਹਾਂ, ਐਕਚੁਅਲੀ ਇਹ ਵਿਜ਼ਿਟਰ ਵੀਜ਼ਾ ਤਾਂ ਨਹੀਂ ਹੈ ਰਣਵੀਰ ਜੀ, ਇਹ ਇੱਕ ਇਸਕਾ ਨਾਮ ਹੀ ਓਪਨ ਵਰਕ ਪਰਮਿਟ ਹੈ, ਇਹ ਇੱਕ ਵਰਕ ਪਰਮਿਟ ਹੀ ਵੀਜ਼ਾ ਹੈ, ਲੇਕਿਨ ਇਮੀਗ੍ਰੇਸ਼ਨ ਕੀ ਤਰਫ ਸੇ ਐਡਵਾਈਸ ਇਹ ਹੈ ਕਿ ਆਪ ਵਹਾਂ ਜਾ ਕੇ ਓਪਨਲੀ
ਕੰਮ ਕਰ ਸਕਦੇ ਪਰ ਇਹਦਾ ਜਿਹੜਾ ਫਾਊਂਡੇਸ਼ਨ ਹੈ ਉਹ ਤਾਂ ਇਹੀ ਹੈ ਨਾ ਕਿ ਤੁਹਾਡਾ ਸਪਾਊਸ ਉਧਰ ਬੈਠਾ ਤਾਂ ਹੀ ਮਿਲਿਆ ਨਾ ਤੁਹਾਨੂੰ ਐਗਜ਼ੈਕਟਲੀ ਉਹਨੂੰ ਮਿਲਣ ਜਾ ਰਹੇ ਹੋ ਤੁਸੀਂ ਤੁਹਾਨੂੰ ਇੱਕ ਪਰਮਿਸ਼ਨ ਮਿਲ ਗਈ ਐਕਸਟਰਾ ਕਿ ਤੁਸੀਂ ਕੰਮ ਕਰ ਸਕਦੇ ਹੋ ਜੀ ਹਾਂ ਜੈਸੇ ਮੈਨੇ ਅਭੀ ਇਹ ਕਿਹਾ ਕਿ ਫੈਮਲੀ ਇੱਕ ਜੋ ਮੈਰਿਜ ਜੋ ਹੈ ਵੋ ਇੱਕ ਇੰਸਟੀਟਿਊਸ਼ਨ ਹੈ ਹਸਬੈਂਡ ਵਾਈਫ ਕੋ ਇਕੱਠੇ ਹੀ ਰਹਿਣਾ ਹੈ ਤਾਂ ਉਸ ਕੇਸ ਮੇ ਜੋ ਹੈ ਵੋ ਇਮੀਗ੍ਰੇਸ਼ਨ ਵੀ ਇਸ ਚੀਜ਼ ਕੋ ਅੰਡਰਸਟੈਂਡ ਕਰਤੀ ਹੈ ਔਰ ਸਪਾਊਸ ਕੋ ਇੰਡੀਅਨ ਡਿਪੈਂਡੈਂਟ ਸਪਾਊਸ ਕੋ ਇਹ ਅਪਰਚੁਨਿਟੀ ਦੇਤੀ ਹੈ ਕਿ ਆਪ ਕੈਨੇਡਾ ਜਾ ਕੇ ਆਪਣੇ ਸਪਾਊਸ ਕੋ ਆਪ ਵਹਾਂ ਜਾ ਕੇ ਉਨਕੇ ਸਾਥ ਰਹਿ ਸਕਤੇ ਹੈ ਲੇਕਿਨ ਆਪ ਕੋ ਇਹ ਅਪਰਚੁਨਿਟੀ ਸਾਥ ਮੇ ਦੀ ਜਾਤੀ ਹੈ ਕਿ ਆਪ ਵਹਾਂ ਜਾ ਕੇ ਕਾਮ ਕਰ ਸਕਤੇ ਹੈ ਆਪਣੇ ਸਰਵਾਈਵਲ ਕੇ ਲੀਏ इस पर्टिकुलर कैटेगरी में ओपन वर्क परमिट वाली कैटेगरी में किसी तरीके का कोई जॉब जो है वो फिक्स्ड नहीं होता प्री फिक्स्ड नहीं होता ना एलएमआई होता है ना कोई एम्प्लॉयर है ये एक सिंपली एक वीजा कैटेगरी है जो आपको पेस्ट कर दिया जाता है आपके वीजा पे दैट दिस इज एन ओपन वर्क परमिट आप वहाँ जाइए और आप काम करने के लिए परमिटेड है सो बहुत सारी ऐसी जो एक स्ट्रेंथ है जो इस चीज़ को लेकर मिसगाइडेड है मिस इंटरप्रेटेड है सो जब भी आप ओपन वर्क परमिट के लिए अप्रोच कर रहे हैं आप काइंडली ध्यान से सुने कि आपके क्या प्री रिक्विजिट्स हैं आपका मैरिड होना बहुत जरूरी है उसके लिए आपका एक स्पाउस जो है वो कनाडा में स्टूडेंट होना बहुत जरूरी है आप तभी क्वालिफाई कर कदों कर सकता है स्टूडेंट नो कितना टाइम उधर स्टे कितना हो गया या कभी भी कर सकता है देखिए हम लोग रिकमेंड तो ये करते हैं कि जो आपका कैनेडियन स्पाउस जो है जो स्टूडेंट है वहां पर वो एटलीस्ट एक सेमेस्टर कंप्लीट कर सकता हो कर चुका हो तब आप यहाँ से आप अपना ओपन वर्क परमिट अप्लाई करें लेकिन रीसेंट प्रैक्टिसेस जो हम लोगों ने देखी हैं कि स्टूडेंट ने जाके वहाँ पे जैसे ही कोर्स ज्वाइन किया जब उनके सारे रजिस्ट्रेशंस कंप्लीट हो गए सिन नंबर ये सब चीज़ें उनको इशू हो गई हैं तो उनका डिपेंडेंट स्पाउस जो है वो यहाँ से इमीजिएटली अपना जो है वो ओपन वर्क परमिट अप्लाई कर सकता है जी अज पंजाब दे विच इहदी एडवर्टीजमेंट बहुत वध गई है इहनूं वी कारोबार व्यापार का नाम बना लिया गया वो लोग जिहड़े कि एक्सपर्ट नहीं इस चीज़ के स्टूडेंट भेजते सीगे स्पाउस दीआं एप्लीकेशनस फड़ लईआं ਪਹਿਲਾਂ ਮੈਂ ਥੋੜ੍ਹਾ ਜਿਹਾ ਜਾਣਨਾ ਚਾਹੂੰਗਾ ਕਿ ਹਰ ਕੋਈ ਬੱਚਾ ਜਿਹਦਾ ਉੱਧਰ ਪਤੀ ਜਾਂ ਪਤਨੀ ਉੱਧਰ ਬੈਠਿਆ ਹੈਗਾ ਹਰ ਕੋਈ ਓਪਨ ਵਰਕ ਪਰਮਿਟ ਇਲੀਜੀਬਲ ਹੈ ਜਾਂ ਕਿਸੇ ਕਿਸੇ ਨੂੰ ਵਿਜ਼ਟਰ ਵੀ ਮਿਲ ਸਕਦਾ ਹੈਗਾ ਦੇਖੀਏ ਰਣਵੀਰ ਜੀ ਜਿਸਕਾ ਕੋਈ ਵੀ ਹਸਬੈਂਡ ਜਾਂ ਵਾਈਫ ਕੈਨੇਡਾ ਹੈ ਔਰ ਯਹਾਂ ਸੇ ਡਿਪੈਂਡੈਂਟ ਸਪਾਊਸ ਨੇ ਅਪਲਾਈ ਕਰਨਾ ਇਹ ਬਿਲਕੁਲ ਜ਼ਰੂਰੀ ਨਹੀਂ ਹੈ ਕਿ ਵੋ ਓਪਨ ਵਰਕ ਪਰਮਿਟ ਕੇ ਲੀਏ ਹੀ ਕੁਆਲੀਫਾਈ ਕਰੇਂਗੇ ਕਿਉਂਕਿ ਬੀਂਗ ਐਨ ਆਈ ਸੀ ਸੀ ਆਰ ਸੀ ਮੈਂਬਰ ਵੀ ਫੋਲੋ ਦ रूल्स एंड रेगुलेशंस वेरी पर्टिकुलरली हम बहुत ही ज़्यादा ध्यान से ये चीज़ देखते हैं कि कैंडिडेट ओपन वर्क परमिट के लिए क्वालिफाई भी करता है या नहीं करता है बहुत बार ये क्वेश्चन हम लोगों को कस्टमर पूछता है कि आप कैसे जज करते हैं कि हम क्वालिफाई कर रहे हैं या नहीं कर रहे ओपन वर्क परमिट के लिए सो इसके कुछ एग्जांपल्स मैं दे सकती हूँ क्योंकि अभी पंजाब में बहुत सारे लोग जो हैं वो मैरिज बेसिस पे अप्लाई कर रहे हैं और हम देखते हैं कि बहुत यंग मैरिजेस हैं बहुत ही छोटी एज में जो है वो 18 साल की लड़की जिसने हार्डली ग्रेड 12 कंप्लीट किया है और उसकी मैरिज करके उसको भेजा जा रहा है उसके बाद जो लड़का जो हार्डली 20-22-21 साल का लड़का है वो वर्क परमिट ओपन वर्क परमिट के लिए अप्लाई करे सो दीज थिंग्स आर ऑलवेज कंसिडरेबल ये देखना बहुत ज़रूरी है कि जो एक लड़का यहाँ से अप्लाई कर रहा है क्या उसकी एजुकेशन कंप्लीट हो चुकी है क्या वो कोई काम कोई बैकग्राउंड कोई प्रोफाइल उसका स्टैंड करता है अदरवाइज हम लोग सिंपली उसको ये गाइड करते हैं कि आप विजिटर वीज़ा पे अप्लाई कर लो आप वहाँ पहुँचने के बाद इमिग्रेशन को ये प्रूव कर सकते हो दैट आपके लिए ये मुश्किल है सर्वाइव करना वहाँ पे एंड इट्स अ नेसेसिटी कि आप वहाँ पे काम करें तो आपका जो विजिटर वीज़ा है उसको ओपन वर्क परमिट में कन्वर्ट करवाया जा सकता है सो बहुत सारी ऐसी चीज़ें हैं जो एक अलग केस के ऊपर स्टैंड करती एवरी केस इज़ अ डिफरेंट स्टोरी मैं सिंपली ये कहना चाहती हूँ सो हर केस का कितना कैपेसिटी है वो एलिजिबल हैं या नहीं है ओपन वर्क परमिट के लिए हैं या विजिटर अप्लाई करना चाहिए ये चीज़ें जो हैं वो बहुत ज़्यादा जो हैं इम्पॉर्टेंट हैं आपकी एप्लीकेशन अप्लाई करने से पहले और बेटर होगा कि एक ICCRC मेंबर को आप अप्रोच करें ताकि आपको एक वाइज जो है वो एडवाइस दी जा सके एक जेन्युइन एडवाइस दी जा सके रिफ्यूजल तो बाद कितने चांस होते हैं किसी बच्चे ने गलत किसी कंसल्टेंट्स को ला लिया ICCRC मेंबर नहीं लिया चलो ICCRC मेंबर तो अलावा भी बहुत अच्छी कंपनियां काम कर दी हैं पंजाब दे विच किसी भी वजह नाल खुदा ना खस्ता रिफ्यूजल आ गया कितने चांसेस होते हैं ओपन वर्क परमिट के द्वारा लगने के विजिटर वीजा के स्पाउस के रणवीर जी हम लोग क्योंकि ICCRC मेंबर हम हर तरीके के जो केसेस हैं वो कर चुके हैं किसी भी कॉम्बिनेशन के इनफैक्ट ऐसे भी केसेस हमने प्रैक्टिस किए हैं जिसमें एक कैंडिडेट वर्क परमिट के लिए ओपन वर्क परमिट के लिए जो है वो रिफ्यूज़ होके आया है और हमने फिर उसको विजिटर वीज़ा में उसका जो है वो एक पॉजिटिव रिजल्ट ला के दिया है या जिसका विजिटर अप्लाई किया है वो ओपन वर्क परमिट में पॉजिटिवली सक्सेसफुल रहा है सो हर तरीके का केस जो है वो हम लोग जो है वो कर चुके हैं लेकिन
जो रेफ्यूज़ल्स हैं वो बहुत ही ज़्यादा फुलिश से ग्राउंड्स पे रेफ्यूज़ल्स होते हैं, क्योंकि मुझे लगता है कि शायद मार्केट में जो ये सर्विसेज देने वाले लोग हैं वो इतने एक्सपर्ट नहीं हैं, क्योंकि वो इतना डीपली इन कैटेगरीज को स्टडी नहीं करते। और हमने ये देखा कि बहुत ही माइनर सी चीज़ों पे, बहुत ही माइनर सी, बहुत ही निग्लिजिबल ग्राउंड्स पे जो हैं वो एप्लीकेशंस रेफ्यूज़ हो जाती हैं, क्योंकि ओपन वर्क परमिट का जो एप्लीकेशन है वो एक मैरिज के बेस पे एक एप्लीकेशन जो है वो स्टैंड करता है, और उसमें आपका जो मैरिज का जो ग्राउंड है उसकी जो स्टोरी है वो इमिग्रेशन के सामने रखना, इट्स वेरी इंपॉर्टेंट। इमिग्रेशन को ये चीज़ प्रूव करना कि आपकी जो मैरिज है वो एक जेन्युइन मैरिज है, और आपका जो वाइफ है या हस्बैंड है वो कनाडा किस लिए अपनी स्टडी प्लान करके गए हैं, अब आप क्यों जाना चाहते हैं, आप क्या विज़न रखते हैं, आप क्या एजेंडा रखते हैं। सो ये सब चीज़ें एक वीज़ा ऑफिसर को एक रिटन फॉर्मेट में उनको जो है वो प्रोवाइड करना, इट्स वेरी इंपॉर्टेंट। सो आई यूजली हैव सीन, हम देखते हैं कि मार्केट में बहुत सारे ऐसे लोग हैं जिन लोगों को चेकलिस्ट का भी नहीं पता कि डॉक्यूमेंट्स कौन कौन से रिक्वायर्ड हैं, क्योंकि एक जो मैरिज बेस पे जो एप्लीकेशन लगने वाली है इट्स अ लॉन्ग एप्लीकेशन, आपके मैरिज को जेन्युइनली प्रूव करना इमिग्रेशन के सामने इट्स वेरी इंपॉर्टेंट। सो उसमें बहुत सारी चीज़ें हैं जो आपकी मैरिज को प्रूव करने वाले जो डॉक्यूमेंट्स हैं वो ऐड करने होते हैं एप्लीकेशन में। सो बहुत सारे ऐसे लोग हैं जो इन चीज़ों पे ध्यान नहीं देते, और अल्टीमेटली कैंडिडेट को जो है वो सिर्फ एक फेक रिजल्ट, एक फेक पॉजिटिव रिजल्ट की कमिटमेंट पे जो है वो लोगों को अट्रैक्ट किया जाता है कि सो बहुत सारे ऐसे रीजंस हैं। और मैं ये ज़रूर कहूँगी कि अगर आप इस तरीके के ब्लंडर्स से अपने आप को सेव करना चाहते हैं तो आप अल्टीमेटली एक ICCRC मेंबर को अप्रोच करें। मैम पिछले अप्रैल दे विच पूरा देख लिए सी, पिछले 15-20 दिनों दे विच लगभग, क्योंकि देश प्रदेश नूं बहुत प्यार लोग करते हैं, रिस्पैक्ट हैगी है स्टूडेंट्स लिए, असीं भी अपनी कोशिश कर देंगे हर तरह की जानकारी देइए। 5-7 केस एप्लीकेशनस जिन्हां दी रिफ्यूज़ हो गई, पेरेंट्स नूं रिफ्यूज़ल करना शुरू करता हूँ कैनेडा ने, कितने कहा जाता है कि तुम वापस नहीं आओगे, कदे कुछ कदे कोई कित जाने का कोई रीज़न वधिया नहीं हैगा जी, तुहानू जिहड़ी इनविटेशन आई है वो ठीक नहीं है जी, कदे नहीं सुनिया सी कि बहुत घट चांस हुंदे सी कि पेरेंट्स नू रिफ्यूज़ किया जाए, की चल रहा ट्रेंड अज मार्केट दे विच? देखिए रणवीर जी, पर्सनली मैं ये जरूर कहना चाहती हूँ कि जो भी पेरेंट्स कॉन्वोकेशन इनविटेशन पे अपना वीज़ा अप्लाई करते हैं, जब बच्चे का कोर्स कंप्लीट हो रहा है, उसका डिग्री का सेरेमनी है, कॉन्वोकेशन सेरेमनी है, सो उसमें मैं हमेशा ये चीज़ कहती हूँ कि आपका 100% सक्सेस रेट है इमिग्रेशन की तरफ से, चाहे पेरेंट्स के पास फंड्स हैं नहीं हैं, उनकी इनकम इतनी स्ट्रांग है नहीं है, लेकिन उनको जो है वो फोर श्योर वीज़ा जो है वो इमिग्रेशन देते हैं। मैं भी रिफ्यूज़ल देखिया मैं दो, नहीं आई अंडरस्टैंड, आई एम कमिंग टू द आंसर ओनली। तो रिसेंटली आप जैसे ये चीज़ें कह रहे हैं कि एक दो केसेस ऐसे हुए हैं, मुझे ऐसा लगता है पर्सनली, हमारा कोई ऐसा केस नहीं है जो नेगेटिव रहा है, लेकिन एक दो केसेस हमारे पास ऐसे हैं, पटियाला से एक केस में हमारे पास अभी रिसेंटली लास्ट वीक ही हमें अप्रोच किया है। सो ड्रामेटिकली हस्बैंड को वीज़ा दे दिया गया और वाइफ को वीज़ा नहीं दिया गया, मतलब एक कपल एप्लीकेशन लगी और उसमें हस्बैंड को वीज़ा दिया गया, वाइफ को वीज़ा नहीं दिया गया, सेइंग द सेम थिंग कि आपने वापस नहीं आना। सो मुझे लगता है कि ये एक अनप्रेडिक्टेबल सा सिचुएशन है, एक इसको अंडरस्टैंड नहीं किया जा सकता कि इमिग्रेशन इस तरीके से बिहेव क्यों कर रही है, लेकिन मुझे ऐसा लगता है कि शायद कहीं ना कहीं आपकी डॉक्यूमेंटेशन में कोई कमी हो या कुछ ऐसा हो। आई हैव नो एनी कन्फर्म्ड आंसर इसके लिए, कोई कन्फर्म्ड आंसर मैं जो नहीं कहूँगी कि मेरे पास है, क्योंकि ये ग्राउंडलेस सा डिसीजन है जो इमिग्रेशन दे रही है पेरेंट्स को रेफ्यूज़ करके, क्योंकि पेरेंट्स का अल्टीमेट एजेंडा सिर्फ यही है कि जो उनका बच्चा 2 साल से गया हुआ है उनको वो जाके मिले, उसकी जो कॉन्वोकेशन सेरेमनी है, हर पेरेंट्स का प्राइड है अपने बच्चे को डिग्री लेते हुए देखना, तो बस इतना सा ही एजेंडा पेरेंट्स का है। लेकिन स्टिल मैं ये ज़रूर कहूँगी कि अगर आप अपनी एप्लीकेशन को लेकर कॉन्फिडेंट हैं, उसमें कोई कमी नहीं है, आपका डॉक्यूमेंट्स, आपका फाइल वर्क कंप्लीट है, तो आपको वीज़ा जरूर मिलेगा। कितने भी होया है कि पिछले जो रिपोर्ट आई सी कि असं जाते घूमना या बच्चों मिलने जाने साडा मोटिव फिर उत्थे लुक छिप के या वर्क परमिट तब्दील करके पैसा कमाना शुरू हो जाता है, शायद इस करके भी सरकारा में रखा थोड़ा परेशान है इस चीज़ में लेके, डेफिनेटली मिसयूज़ करते हैं वीज़ा। एग्जैक्टली मिसयूज़ करते हैं वीज़ा का, ये कहीं ना कहीं ये रीजंस जरूर रह सकते हैं, हो सकता है कि ऐसे कुछ रीजंस रहे हों कि आपका बच्चा जो है वो ओंटारियो में पढ़ रहा है लेकिन आप जो है वो डेस्टिनेशन जो है आपकी जाने वाली आप ब्रिटिश कोलंबिया की फिल कर रहे हैं या कोई और डेस्टिनेशन, जो चीज़ें इमिग्रेशन को सेटिस्फैक्ट्री नहीं लग रही, चाहे आप कॉन्वोकेशन के लिए अप्लाई। सो इस तरीके के जो कुछ ग्राउंड्स हैं जो मिसमैचिंग है, जो लॉजिकल नहीं है, तो हो सकता है कि ये रिफ्यूजल को जो माँ प्यो रिफ्यूज हो गए जाना चाहते हैं, कई दी कन्वोकेशन मेरा ख्याल जुलाई दे विच होंदी है, काफ़ी सारिया जून जून जुलाई अगस्त दे विच कन्वोकेशन होंदी है, रिफ्यूजल्स केस
ਮਾਫੀ ਚਾਹੂੰਗਾ ਤੁਹਾਨੂੰ ਆ ਕੇ ਮਿਲ ਸਕਦੇ ਬਤੌਰ ICCRC ਮੈਂਬਰ ਸਕਸੈਸ ਹੋ ਜਾਣਗੇ ਡੈਫੀਨੇਟਲੀ ਰਣਵੀਰ ਜੀ ਹਮੇ ਮਿਲ ਸਕਤੇ ਹੈ ਕਿਉਂਕਿ ਹਮ ਲੋਗੋਂ ਕਾ ਜੋ ਇੱਕ ਐਪਲੀਕੇਸ਼ਨਸ ਕੋ ਪ੍ਰੈਜ਼ੈਂਟ ਕਰਨੇ ਕਾ ਜੋ ਇੱਕ ਤਰੀਕਾ ਹੈ ਮੈਂ ਕਹੂੰਗੀ ਹਮ ਵੀ ਆਰ ਵੈਰੀ ਸੈਟਿਸਫਾਈਡ ਵਿਦ ਦੈਟ ਕਿਉਂਕਿ ਇੱਕ ਤੋਂ ਆਪਕੀ ਐਪਲੀਕੇਸ਼ਨ ICCRC ਕੀ ਹੀ ਤਰਫ ਸੇ ਲੱਗਦੀ ਹੈ ਹਮ ਖੁਦ ਆਪਣੀ ਤਰਫ ਸੇ ਐਪਲੀਕੇਸ਼ਨ ਲਗਾਤੇ ਹੈ ਨਾ ਕਿ ਇੱਕ ਕੈਂਡੀਡੇਟ ਕੀ ਤਰਫ ਸੇ ਐਪਲੀਕੇਸ਼ਨ ਲੱਗਦੀ ਹੈ ਹਮਾਰਾ ਇੱਕ ਰਿਪ੍ਰੈਜ਼ੈਂਟੇਟਿਵ ਜੋ ਫਾਰਮ ਹੈ ਵੋ ਸਾਥ ਮੇਂ ਲੱਗ ਕੇ ਜਾਤਾ ਹੈ ਸੋ ਆਪਕੀ ਐਪਲੀਕੇਸ਼ਨ ਕੋ ਡੀਪਲੀ ਚੈੱਕ ਕਰਕੇ ਉਸਮੇਂ ਜੋ ਵੀ ਸ਼ਾਰਟਕਮਿੰਗਸ ਹੈ ਉਨਕੋ ਕਵਰ ਅਪ ਕਰਕੇ ਔਰ ਇੱਕ ਕਵਰ ਲੈਟਰ ਕੇ ਸਾਥ ਆਪਕਾ ਪਰਪਸ ਆਫ ਵਿਜ਼ਿਟ ਕੋ ਇੱਕ ਲੈਟਰ ਕੇ ਫਾਰਮ ਮੇਂ ਜੋ ਹੈ ਵੋ ਮੈਂਸ਼ਨ ਕਰਕੇ ਇਮੀਗ੍ਰੇਸ਼ਨ ਕੇ ਸਾਹਮਣੇ ਪ੍ਰੈਜ਼ੈਂਟ ਕੀਆ ਜਾਤਾ ਹੈ ਐਂਡ ਵੀ ਹੈਵ ਸੀਨ ਮੈਨੀ ਪੋਜ਼ਿਟਿਵ ਰਿਜ਼ਲਟਸ ਆਫਟਰ ਰਿਫਿਊਜ਼ਲਸ ਆਲਸੋ ਤੋ ਆਈ ਕੈਨ ਸਿੰਪਲੀ ਸੇ ਕਿ ਆਪ ਇਸ ਤਰੀਕੇ ਕੇ ਐਡਵਾਈਸ ਕੇ ਲਈ ਔਰ ਇਸ ਤਰੀਕੇ ਕੇ ਸਰਵਿਸਿਸ ਕੇ ਲਈ ਆਪ ਹਮੇਂ ਅਪਰੋਚ ਕਰ ਸਕਦੇ ਹੈ ਸਟੂਡੈਂਟ ਇਸ ਵਕਤ ਸੈਪਟੈਂਬਰ ਜਨਵਰੀ 2020 ਦੀਆਂ ਗੱਲਾਂ ਸ਼ੁਰੂ ਹੋ ਗਈਆਂ ਐਡਮਿਸ਼ਨ ਸ਼ੁਰੂ ਹੋ ਗਈ ਹੈ ਤੁਹਾਡੇ ਕੋਲ ਬੱਚੇ ਆਉਂਦੇ ਨੇ ਕਿਸ ਤਰ੍ਹਾਂ ਦੀਆਂ ਪ੍ਰੋਬਲਮ ਬੱਚੇ ਫੇਸ ਕਰ ਰਹੇ ਨੇ ਇਸ ਵਕਤ ਰਣਵੀਰ ਜੀ ਐਜ ਆਈ ਆਲਵੇਜ਼ ਸੇ ਜਾਂ ਮੈਂ ਫਿਰ ਸੇ ਇਹ ਕਹੂੰਗੀ ਕਿ ਕੈਨੇਡਾ ਇਜ਼ ਵੈਰੀ ਫਾਸਟ ਐਂਡ ਕੈਨੇਡਾ ਇਜ਼ 1 year ਐਡਵਾਂਸ ਨਾਓ ਸੋ ਇੱਕ ਸਾਲ ਪਹਿਲੇ ਕੈਨੇਡਾ ਕੇ ਐਡਮਿਸ਼ਨਸ ਜੋ ਹੈ ਵੋ ਚੱਲ ਰਹੇ ਹੈ ਅਭੀ ਸ਼ੈਰਡਨ ਕਾਲਜ ਜੋ ਕਿ ਇੱਕ ਓਨਟਾਰੀਓ ਕਾ ਬਹੁਤ ਹੀ ਫੇਮਸ ਕਾਲਜ ਹੈ ਇਸਕੇ ਜੋ ਐਡਮਿਸ਼ਨਸ ਹੈ ਵੋ ਜਨਵਰੀ 2020 ਕੇ ਲੀਏ ਆਲਰੇਡੀ ਸਟਾਰਟ ਹੋ ਚੁੱਕੇ ਹੈ ਜਾਂ ਫਿਰ ਕੁਇੰਟਲਿਨ ਪੋਲੀਟੈਕਨਿਕ ਯੂਨੀਵਰਸਿਟੀ ਹੈ ਇਸਨੇ 2 ਮਹੀਨੇ ਪਹਿਲੇ ਜੋ ਹੈ ਵੋ ਜਨਵਰੀ 20 ਕੇ ਐਡਮਿਸ਼ਨਸ ਜੋ ਹੈ ਵੋ ਓਪਨ ਕਰ ਦੀਏ ਗਏ ਸੋ ਇਸ ਤਰੀਕੇ ਕੇ ਜੋ ਸਟੈਪਸ ਹੈ ਜੋ ਕਾਲਜਿਜ ਔਰ ਇੰਸਟੀਟਿਊਸ਼ਨਸ ਜੋ ਲੈ ਰਹੇ ਹੈ ਇਹ ਬੱਚੋਂ ਕੋ ਵੀ ਬਹੁਤ ਜ਼ਿਆਦਾ ਫਰਸਟ੍ਰੇਟ ਮੁਝੇ ਲੱਗਦਾ ਹੈ ਕਿ ਕਰ ਦਿਆ ਜਾਤਾ ਹੈ ਕਿਉਂਕਿ ਅਭੀ ਵੀ ਅਗਰ ਹਮ ਸਿਤੰਬਰ 2019 ਕੇ ਆਪਸ਼ਨਸ ਦੇਖੇ ਤੋ ਦੇਰ ਆਰ ਮੈਨੀ ਮੈਨੀ ਆਪਸ਼ਨਸ ਅਵੇਲੇਬਲ ਬਹੁਤ ਸਾਰੇ ਸਟੂਡੈਂਟ ਜਿਨਕੇ ਆਫਰਸ ਨਹੀਂ ਆਏ ਹੈ ਵੋ ਸਿਤੰਬਰ 19 ਕੇ ਲੀਏ ਅਕਾਮੋਡੇਟ ਹੋ ਸਕਤੇ ਹੈ ਸੋ ਇਸ ਤਰੀਕੇ ਕੇ ਰਸ਼ ਕ੍ਰੀਏਟ ਕਰਨਾ ਕਿ ਆਪ ਜਨਵਰੀ 20 ਕੇ ਲੀਏ ਐਡਮਿਸ਼ਨਸ ਅਪਲਾਈ ਕਰੋ ਜਾਂ ਸਿਤੰਬਰ ਮੇਂ ਆਪਸ਼ਨਸ ਨਹੀਂ ਹੈ ਮੁਝੇ ਲੱਗਤਾ ਹੈ ਕਿ ਆਪ ਸਟੂਡੈਂਟਸ ਪਲੀਜ਼ ਮੇਰੇ ਜੋ ਇਹ ਮੈਸੇਜ ਹੈ ਉਸਕੋ ਧਿਆਨ ਸੇ ਸੁਣੇ ਸਿਤੰਬਰ 19 ਕੇ ਲੀਏ ਵੀ ਅਭੀ ਬਹੁਤ ਸਾਰੇ ਆਪਸ਼ਨਸ ਹੈ ਆਪ ਹਮੇਂ ਕੰਟੈਕਟ ਕਰ ਸਕਤੇ ਹੈ ਦੇਰ ਇਜ਼ ਅ ਲੌਂਗ ਲਿਸਟ ਆਈ ਕੈਨ ਆਈ ਐਮ ਨੋਟ ਏਬਲ ਟੂ ਐਕਸਪਲੇਨ ਥਰੂ ਦਿਸ ਸ਼ੋ ਆਪਕੋ ਇਸਕੇ ਲੀਏ ਪਰਸਨਲੀ ਆਪਣੇ ਕੰਪਲੀਟ ਪ੍ਰੋਫਾਈਲ ਕੇ ਸਾਥ ਹਮਾਰੇ ਪਾਸ ਅਪਰੋਚ ਕਰਨਾ ਪੜੇਗਾ ਜ਼ਰੂਰੀ ਨਹੀਂ ਹੈ ਕਿ ਆਪ ਸਿੱਧਾ ਜਨਵਰੀ 20 ਕੇ ਲੀਏ ਆਪ ਆਪਣੇ ਐਪਲੀਕੇਸ਼ਨਸ ਕੋ ਪ੍ਰੋਸੈਸ ਕਰੇ ਹੋ ਸਕਤਾ ਹੈ ਕਿ ਕੋਈ ਐਸਾ ਇੱਕ ਪਰਟੀਕੁਲਰ ਕੋਰਸ ਹੈ ਜੋ ਸਿਤੰਬਰ ਕੇ ਲੀਏ ਆਪਕੇ ਪਾਸ ਆਪਸ਼ਨ ਨਹੀਂ ਹੈ ਤਬ ਜਾ ਕੇ ਆਪ ਜਨਵਰੀ ਕੇ ਲੀਏ ਆਪ ਉਸ ਚੀਜ਼ ਕੇ ਲੀਏ ਆਪ ਸਟ੍ਰਿਕਟ ਹੋ ਜਾਏ ਅਦਰਵਾਈਜ਼ ਸਿਤੰਬਰ ਮੇਂ ਆਪ ਈਜ਼ੀਲੀ ਅਕਾਮੋਡੇਟ ਹੋ ਸਕਤੇ ਹੈ ਸੋ ਬੱਚੋਂ ਕੋ ਪੈਨਿਕ ਹੋਣੇ ਕੀ ਜ਼ਰੂਰਤ ਨਹੀਂ ਹੈ ਥਿੰਗਸ ਆਰ ਗ੍ਰੈਜੁਅਲੀ ਪ੍ਰੋਸੈਸਿੰਗ 1 by 1 ਸਟੈਪ ਬਾਏ ਸਟੈਪ ਚੀਜ਼ਾਂ ਜੋ ਹੈ ਵੋ ਅੱਗੇ ਵੱਧ ਰਹੀ ਹੈ ਸੋ ਆਪ ਅਭੀ ਮੁਝੇ ਲੱਗਦਾ ਹੈ ਕਿ ਸਿਤੰਬਰ 19 ਕੇ ਲੀਏ ਹੀ ਕੰਸਨਟ੍ਰੇਟ ਕਰੇ ਪੂਰੇ ਕੈਨੇਡਾ ਮੇਂ ਪੂਰੇ ਕੇ ਪੂਰੇ ਪ੍ਰੋਵਿੰਸਸ ਮੇਂ ਆਪਸ਼ਨਸ ਹੈ ਆਪ ਪਲੀਜ਼ ਹਮੇਂ ਆ ਕੇ ਅਪਰੋਚ ਜਿਸ ਤਰ੍ਹਾਂ ਆਪਾਂ ਪੇਰੈਂਟਸ ਦੀ ਐਪਲੀਕੇਸ਼ਨ ਦਾ ਜ਼ਿਕਰ ਕੀਤਾ ਹੈ ਕਿ ਬੜੇ ਅਲੱਗ ਤਰ੍ਹਾਂ ਦੇ ਨਾਲ ਰਿਫਿਊਜ਼ ਕਰ ਰਹੇ ਨੇ ਇਹ ਮੁੱਦਾ ਮੈਂ 2012 ਦੇ ਵਿੱਚ ਵੀ ਉਠਾਇਆ ਸੀ 2009 ਦੇ ਵਿੱਚ ਵੀ ਉਠਾਇਆ ਸੀ ਜਦੋਂ ਕਿ SPP ਸ਼ੁਰੂ ਨਹੀਂ ਸੀ ਹੋਇਆ ਜਨਰਲ ਕੈਟਾਗਰੀ ਹੁੰਦੀ ਸੀਗੀ ਚਲੋ ਉਸ ਟਾਈਮ ਬਣਦਾ ਸੀ ਕਲੀਅਰ ਕੱਟ ਇੰਸਟਰਕਸ਼ਨਸ ਨਹੀਂ ਸੀਗੀਆਂ ਫਿਰ SPP ਆ ਜਾਂਦਾ ਹੈ 2009 ਦੇ ਵਿੱਚ ਇਹ ਉਦੋਂ ਵੀ ਵਾਪਰਿਆ ਸੀ 2011-12 ਦੇ ਵਿੱਚ ਫਿਰ 18 ਤੋਂ ਬਾਅਦ ਹੁਣ 19 ਦੀਆਂ ਜਿਹੜੀਆਂ ਰਿਫਿਊਜ਼ਲਸ ਆ ਰਹੀਆਂ ਨੇ ਇੱਕ ਫਿਰ ਚੀਜ਼ ਦੇਖਣ ਨੂੰ ਸਾਹਮਣੇ ਆ ਰਹੀ ਹੈ ਕਿ ਬੱਚੇ ਦੀ ਟਰੈਵਲ ਹਿਸਟਰੀ ਨਹੀਂ ਪਹਿਲੀ ਗੱਲ ਤਾਂ ਹਾਸੋਹੀਣੀ ਹੈ ਕਿ ਇੱਕ 18 ਸਾਲ ਦਾ ਬੱਚਾ ਜਾਂ 20-22 ਸਾਲ ਦਾ ਬੱਚਾ ਜਿਹੜਾ ਹਾਲੇ ਪੰਜਾਬ ਦੇ ਵਿੱਚ ਸਟੂਡੈਂਟ ਤੌਰ 'ਤੇ ਪੜ੍ਹ ਕੇ ਵਿਦੇਸ਼ ਜਾਣ ਲਈ ਐਪਲੀਕੇਸ਼ਨ ਦਰਜ ਕਰਵਾ ਰਿਹਾ ਉਹਦੀ ਕੀ ਟਰੈਵਲ ਹਿਸਟਰੀ ਹੋਏਗੀ ਕਈਆਂ ਨੂੰ ਇਹ ਵੀ ਕਹਿ ਦਿੱਤਾ ਜਾਂਦਾ ਕਿ ਸਾਨੂੰ ਨਹੀਂ ਲੱਗਦਾ ਕਿ ਤੁਸੀਂ ਪੜ੍ਹ ਕੇ ਵਾਪਸ ਆਓਗੇ ਜਦੋਂ ਕਿ ਬਹੁਤ ਸਾਰੀਆਂ ਚਾਹੇ CEC ਹੈ ਕੈਨੇਡੀਅਨ ਐਕਸਪੀਰੀਅੰਸ ਕਲਾਸ ਹੈ ਬਹੁਤ ਸਾਰੀਆਂ ਚੀਜ਼ਾਂ ਨੇ ਪ੍ਰੋਵਿੰਸ਼ਲ ਨੋਮੀਨੀ ਪ੍ਰੋਗਰਾਮ ਨੇ ਖੁੱਲ੍ਹੇਆਮ ਕਿਹਾ ਜਾਂਦਾ ਕਿ ਸਟੂਡੈਂਟ ਨੂੰ ਅਸੀਂ PR ਦੇਵਾਂਗੇ ਦੂਜੇ ਪਾਸੇ ਇਹ ਬਲੇਮ ਲਾਇਆ ਜਾਂਦਾ ਕਿ ਸਾਨੂੰ ਨਹੀਂ ਲੱਗਦਾ ਕਿ ਤੁਸੀਂ ਪੜ੍ਹ ਕੇ ਵਾਪਸ ਜਾਓਗੇ ਸੋ 2 ਰਿਫਿਊਜ਼ਲਾਂ 'ਤੇ ਸਮਝ ਨਹੀਂ ਆ ਰਿਹਾ ਕਿ ਟਰੈਵਲ ਹਿਸਟਰੀ ਔਰ ਪੜ੍ਹ ਕੇ ਵਾਪਸ ਨਹੀਂ ਜਾਓਗੇ ਸਟੂਡੈਂਟ ਨੂੰ ਵੀ ਇਹ ਕਿਹਾ ਜਾ ਰਿਹਾ ਦੇਖੀਏ ਰਣਵੀਰ ਜੀ ਬਹੁਤ ਸਾਰੇ ਐਸੇ ਕੇਸਿਸ ਕੋ ਮੈਨੇ ਹੈਂਡਲ ਕੀਆ ਹੈ ਔਰ ਹਮ ਡੇਲੀ ਬੇਸਿਸ 'ਤੇ ਹਮ ਬਹੁਤ ਸਾਰੇ ਐਸੇ ਰਿਫਿਊਜ਼ਲ ਵਾਲੇ ਕੈਂਡੀਡੇਟ ਸੇ ਵੀ ਮਿਲਤੇ ਹੈ ਔਰ ਇਹ ਜੋ 2 ਗਰਾਊਂਡਸ ਹੈ ਕਿ ਆਪਕੀ ਕੋਈ ਟਰੈਵਲ ਹਿਸਟਰੀ ਨਹੀਂ ਹੈ ਔਰ ਆਪ ਅਗਰ ਕੈਨੇਡਾ ਜਾਏਂਗੇ ਜਾਂ ਵਾਪਸ ਨਹੀਂ ਆਏਂਗੇ ਤੋ ਮੈਂ ਪਰਸਨਲੀ ਇਨ ਦੋਨੋਂ ਹੀ ਕਲਾਜ਼ਸ ਸੇ ਬਿਲਕੁਲ ਵੀ ਜੋ ਸੈਟਿਸਫਾਈ ਜਾਂ ਐਗਰੀ ਨਹੀਂ ਕਰਤੀ ਹੂੰ ਜੈਸਾ ਕਿ ਆਪਨੇ ਕਹਾ ਕਿ ਇੱਕ ਜੋ 18 ਸਾਲ ਕਾ ਬੱਚਾ ਹੈ ਉਸਕੀ ਟਰੈਵਲ ਹਿਸਟਰੀ ਹੋਣਾ ਜੋ ਹੈ ਵੋ ਪੋਸੀਬਲ ਕੋਈ ਵੀਜ਼ਾ ਨਹੀਂ ਦੇਗਾ ਕੋਈ ਕੰਟਰੀ ਔਰ ਦੂਸਰੀ ਬਾਤ ਮੁਝੇ ਇਹ ਲੱਗਦਾ ਹੈ ਕਿ ਇਸ ਚੀਜ਼ ਕੋ ਲੈ ਕੇ ਮੈਂ ਕਨਫਲਿਕਟ ਕਰ ਸਕਤੀ ਹੂੰ ਕੈਨੇਡਾ ਇਮੀਗ੍ਰੇਸ਼ਨ ਕੇ ਸਾਥ ਜਾਂ ਐਮਬੈਸੀ ਕੇ ਰਿਸਪੋਂਸ ਕੇ ਸਾਥ ਜਾਂ ਐਮਬੈਸੀ ਕੇ ਰਿਫਿਊਜ਼ਲ ਕੇ ਰੀਜ਼ਨ ਕੇ ਸਾਥ ਕਿ ਅਗਰ ਸਟੂਡੈਂਟ 2 ਸਾਲ ਕੀ ਐਜੂਕੇਸ਼ਨ ਕੈਨੇਡਾ ਮੇਂ ਕਰ ਰਹਾ ਹੈ ਜੋ ਵਹਾਂ ਪੇ 25-30 ਲੱਖ ਰੁਪਿਆ ਇਨਵੈਸਟ ਕਰਨੇ ਕੇ ਲੀਏ ਜਾ ਰਹਾ ਹੈ ਵੋ ਵਾਪਸ ਇੰਡੀਆ ਨਹੀਂ ਆਏਗਾ ਮੁਝੇ ਐਸਾ ਲੱਗਦਾ ਹੈ ਕਿਉਂਕਿ ਇੰਡੀਆ ਮੇਂ ਵੋ ਆਪਣਾ ਫਿਊਚਰ ਪਹਿਲੇ ਹੀ ਨਹੀਂ ਦੇਖ ਰਹਾ ਜਾਂ ਪਲਾਨ ਹੀ ਨਹੀਂ ਕਰ ਰਹਾ ਉਸੀ ਗਰਾਊਂਡ ਪੇ ਵੋ ਜੋ ਹੈ ਵੋ ਕੈਨੇਡਾ ਜਾਣਾ ਚਾਹਤਾ ਹੈ ਔਰ ਜੈਸਾ ਕਿ ਆਪਨੇ ਕਿਹਾ ਹੈ ਕੈਨੇਡੀਅਨ ਐਕਸਪੀਰੀਅੰਸ ਕਲਾਸਮੇਟਸ ਇਟਸ ਸਿੰਪਲੀ ਰਿਟਨ ਕਿ ਅਗਰ ਆਪ ਕੈਨੇਡਾ ਜਾ ਕੇ 2 ਸਾਲ ਕੀ ਐਜੂਕੇਸ਼ਨ ਕਰਤੇ ਹੋ 3 ਸਾਲ ਕਾ ਪੋਸਟ ਸਟੱਡੀ ਵਰਕ ਪਰਮਿਟ ਲੇਤੇ ਹੋ ਫਿਰ ਆਪ ਚਾਹੇ PNP ਕੈਟੇਗਰੀ ਮੇਂ ਜਾਂ CEC ਕਲਾਸ ਮੇਂ ਕਿਸੀ ਵੀ ਤਰੀਕੇ ਸੇ ਆਪ ਵਹਾਂ ਪੇ PR ਕੀ ਆਪਕੇ ਲੀਏ ਆਪਸ਼ਨ ਹੈ ਸੋ ਵਾਈ ਦਾ ਸਟੂਡੈਂਟ ਵੁੱਡ ਕਮ ਬੈਕ ਟੂ ਇੰਡੀਆ ਸੋ ਮੁਝੇ ਲੱਗਦਾ ਹੈ ਇਹ ਦੋ
जो रीजंस हैं ये सिंपली रूट्स हैं जिस ग्राउंड पे एम्बेसी जो है वो वीज़ा रिफ्यूज़ करती है और बच्चों को एक अनजस्टिफाइड सा रीज़न देती है. मेन जो रीज़न है या मेन जो लॉजिकल रीज़न है वो हमेशा आपके एकेडमिक रिकॉर्ड्स रहते हैं और हमेशा आपका जो है वो आयल्स का जो है वो स्कोर रहता है. कहीं ना कहीं आपकी आपके मार्क्स की आपकी जो रेलिवेंसी है आपके स्ट्रीम की वो सब चीज़ें मैटर करती हैं. सो मुझे लगता है कि आप इन चीज़ों को डीपली जो है वो इसके इंप्रेशन में नहीं आओ क्योंकि ट्रेवल हिस्ट्री और आप वापस नहीं आओगे ये दोनों ही रीज़न जो हैं वो अनजस्टिफाइड से रीज़न्स हैं जो आप पे अप्लाई नहीं होते. इंस्टेड हम लोगों को ये कंपेयर करना चाहिए कि आपके एकेडमिक रिकॉर्ड्स कैसे हैं, आपका आयल्स कैसा है. एक और चीज़ मैंने अभी अप्रैल में ही ये जो 16 डेज जो अप्रैल के निकले हैं उसमें एक्सपीरियंस की है कि अप्रैल में हमारा एक भी वीज़ा है ऐसा नहीं है जो 6 बैंड्स ओवरऑल एंड 5.5 बैंड्स के साथ आया है. मुझे कहीं ना कहीं ऐसा फील हुआ है कि मैं भी यही पूछने लगा सी कि रिफ्यूजल बढ़ गई है, कोई ऑफिशियली इंटीमेशन आई कि ऐसी 6 तो कट बैंड वाली प्रोफाइल एक्सेप्ट नहीं करेंगे या वीज़ा नहीं देंगे. देखिए रणवीर जी, मैंने पर्सनली अपने केसेस के साथ एक्सपीरियंस ऐसा किया है अभी ये 15-16 डेज में अप्रैल के ही मंथ में कि जो 6 बैंड्स और 5.5 बैंड्स वाले जो 6 ओवरऑल 5.5 बैंड्स वाले जो वीज़ाज थे वो नहीं आए हैं. हालांकि स्टूडेंट का जो ओवरऑल स्कोर था वो 82% था, 75% बहुत अच्छे ब्रिलियंट प्रोफाइल्स थे, उन लोगों के 6 ओवरऑल 5.5 बैंड्स के साथ अप्रैल में वीज़ाज नहीं आए हैं. अगर आप मेरे ही पीछे वाले कुछ शोज़ देखेंगे, इससे पहले के कुछ शोज़ अगर आप देखेंगे तो मैंने ये चीज़ बहुत ओपनली कही थी कि अगर आपके एकेडमिक रिकॉर्ड्स अच्छे हैं और अगर आप 6 ओवरऑल 5.5 बैंड्स के साथ भी हैं तो आपको वीज़ा मिलेगा. लेकिन इन अप्रैल 2019 टिल डेट आई हैव एक्सपीरियंस्ड कि इमिग्रेशन ने ऐसा कोई वीज़ा नहीं दिया है. सो मुझे ऐसा लगता है कि कहीं ना कहीं अप्रैल ऑनवर्ड्स इमिग्रेशन इज स्ट्रिक्ट टू हैव 6 बैंड्स इन ईच मॉड्यूल. सो मैं ये जरूर एक मैसेज स्टूडेंट्स को देना चाहती हूँ जिन लोगों के ऑफर लेटर्स आ भी चुके हैं इन इस आईएल स्कोर पे या जो लोग अभी इम्प्रूव कर लेने वाले हैं, इम्प्रूव कर लें. बेटर नॉट टू टेक रिस्क ओनली फॉर 0.5 बैंड्स. बेटर होगा कि आप इस चीज़ को इम्प्रूव करो. आप कहीं पे भी अपना जो एप्लीकेशन है वो रिस्क के साथ फाइल नहीं करो ताकि आप एक कन्फर्म्ड रिजल्ट्स को एक्सपेक्ट कर सको. मैम चलते चलते वैसे तो हर कंपनी अपने यूनिक है, हर एक दी सर्विसेज अपनी अपनी है, पर फिर भी मैं चाहना जिस तरह के आस्ट्रेलिया दे विच मारा LIA ਜਿਹੜੇ ਨਿਊਜ਼ੀਲੈਂਡ ਨੂੰ ਰਿਪ੍ਰੈਜ਼ੈਂਟ ਕਰਦੇ ਨੇ, ICCRC ਕੈਨੇਡਾ ਨੂੰ ਕਰਦੇ ਨੇ, ਹੋਰ ਵੱਖ ਵੱਖ ਦੇਸ਼ਾਂ ਦੇ ਲਾਇਸੈਂਸਡ ਮਨਜ਼ੂਰਸ਼ੁਦਾ ਜਿਹੜੇ ਸਰਕਾਰਾਂ ਤੋਂ ਨੇ, ਉਹ ਲੋਕਾਂ ਦੀ ਕੀ ਵਿਲੱਖਣਤਾ, ICCRC ਮੈਂਬਰ ਕਿਉਂ ਚੁਣਨਾ ਚਾਹੀਦਾ ਹੈਗਾ, ਕਿਉਂਕਿ ਸਾਡੇ ਲਈ ਜ਼ਰੂਰੀ ਹੈ ਕਿ ਬੱਚਿਆਂ ਨੂੰ ਥੋੜ੍ਹਾ ਦੱਸਿਆ ਜਾਵੇ. ਜਿਸ ਤਰ੍ਹਾਂ ਆਪਾਂ ਗੱਲ ਕੀਤੀ ਕਿ ਓਪਨ ਵਰਕ ਪਰਮਿਟ ਰਿਫਿਊਜ਼ ਹੋਏ, ਪੇਰੈਂਟਸ ਦੇ ਰਿਫਿਊਜ਼ ਹੋ ਗਏ, ਹੁਣ ਸਟੂਡੈਂਟ ਦੇ ਵੀ ਆਪਣੇ ਰਿਫਿਊਜ਼ ਹੋਣੇ ਸ਼ੁਰੂ ਹੋ ਗਏ ਤਾਂ ਕਿ ਕਿਸੇ ਨੂੰ ਇਹ ਪਤਾ ਲੱਗ ਸਕੇ ਕਿ USP ਹੈਗੀ ਹੈ. ਦੇਖੀਏ आपने USP की बात की है तो मुझे लगता है आई सिंपली कैन गिव अ स्टेटमेंट दैट ICCRC इक्वल टू ऑथेंटिसिटी. क्योंकि द पर्सन हु इज़ एन ICCRC मेंबर वो कभी भी आपकी एप्लीकेशन के साथ कोई रिस्क नहीं लेगा. वो किसी भी तरीके की आपको गलत एडवाइस नहीं करेगा, आपके डॉक्यूमेंट्स के साथ प्ले नहीं करेगा, आपकी प्रोफाइल के साथ प्ले नहीं करेगा. तो वो हमेशा आपको एक ऑथेंटिक सर्विस ही देगा, एट पार सर्विस ही आपको दी जाएगी. आपको इस चीज़ पे बिलीव करना चाहिए. और मुझे लगता है ऐसे बहुत सारे एडवर्टीजमेंट्स या ऐसे बहुत सारे अवेयरनेस प्रोग्राम्स जो हैं वो इमिग्रेशन गवर्नमेंट ऑफ कैनेडा की तरफ से भी टाइमली इंट्रोड्यूस किए जाते हैं जहाँ ये अनाउंस किया जाता है कि आप सर्विसेज कनाडा के लिए अगर लेना चाहते हैं किसी भी कैटेगरी में तो आप एक ICCRC मेंबर को ही हायर करें. क्योंकि इट गिव्स यू द कमिटमेंट कि ICCRC मेंबर आपको कभी भी एक गलत प्रैक्टिसेस की तरह आपको ट्रीट नहीं करेगा, आपको हमेशा जेन्युइन एडवाइस देगा. सो बीइंग एन ICCRC मेंबर मैं आपको यही मैसेज दूंगी कि आप हर तरीके की जेन्युइन सर्विसेज के लिए और कमिटेड रिजल्ट्स के लिए आप हमें अप्रोच कर सकते. थैंक यू मैम, शुक्रिया. तुसी साडियां जिहड़ियां वीडियोज़ ने, न्यूज़ अपडेट्स विदेशों तो जो भी असी खबर आउंदी है या इकट्ठी करते हैं या पंजाब दे माहिर या किसी भी देश दे माहिर दी कोई वीडियो क्लिप्स हैगी अपने यूट्यूब चैनल पर पाउणा जिहदा नाम देश प्रदेश में हर बार दस्सदा नूं सबसक्राइब कर लो, फ्री ऑफ कॉस्ट हैगा. बैल आइकॉन दा बटन दबो, नोटिफिक वास्ते तुहानू किसी तरह का कोई इंतजार नहीं करना पेगा. जो भी असी कोई वीडियो अपलोड करांगे तो तुहानू मैसेज जिहड़ा हैगा जरूर मिलेगा. उन्हों तुसी वीडियो नू अपनी मनपसंद वीडियो नू अपने रिलेटेड टॉपिक दे नाल खोल के देख सकते हो, अपने फोन दे विच देख सकते हो. टीवी ते इंतजार करन दी लोड़ नहीं, तुसी देश प्रदेश लाइव दे यूट्यूब चैनल नू सबसक्राइब कर लो. आदा शोएती खत्म कर रहे अपने दोस्त रणवीर सिंह नगर दे, धन्यवाद, सत श्री अकाल.